ਨਮਸਕਾਰ ਦੋਸਤੋ ਮੈਂ ਤੁਹਾਡਾ ਦੋਸਤ ਮਨੂ ਮੋੜ ਕਾਫੀ ਬੱਚੇ ਬਾਰਡ ਅਟੈਂਡੰਟ ਦੇ ਜਿਹੜੇ ਨਵੇਂ ਨੋਟੀਫਿਕੇਸ਼ਨ ਆਏ ਨੇ ਨਵੇਂ ਅਪਡੇਟ ਆਏ ਨੇ ਉਹਨਾਂ ਨੂੰ ਲੈ ਕੇ ਕਾਫੀ ਕਨਫਿਊਜ਼ ਨੇ ਦੋਸਤੋ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਸਮਝਾ ਦਣਾ ਇੱਥੇ ਇਹਨਾਂ ਨੇ ਕੀ ਦਿੱਤਾ ਹੋਇਆ ਕਲਿੱਕ ਹੇਅਰ ਟੂ ਵਿਊ ਡਾਕੂਮੈਂਟ ਸਭ ਤੋਂ ਪਹਿਲਾਂ ਤੁਸੀਂ ਇਹ ਚੈੱਕ ਕਰਨਾ ਇਸ ਤੇ ਕਲਿੱਕ ਕਰੋਗੇ ਤਾਂ ਇੱਥੇ ਪੂਰੀ ਡਿਟੇਲ ਆਪਣੇ ਕੋਲੇ ਓਪਨ ਹੋ ਜਾਵੇਗੀ ਹੁਣ ਇਸ ਵਿੱਚ ਲਿਖਿਆ ਕੀ ਹੈ ਇਹ ਥੋੜਾ ਜਿਹਾ ਸਮਝ ਲਓ ਤੁਸੀਂ ਧਿਆਨ ਨਾਲ ਤਾਂ ਤੁਹਾਡੀ ਸਾਰੀ ਕਨਫਿਊਜ਼ਨ ਦੂਰ ਹੋ ਜਾਵੇਗੀ ਇਹਨਾਂ ਨੇ ਸਭ ਤੋਂ ਪਹਿਲਾਂ ਪਹਿਲੇ ਗੱਲ ਕਲੀਅਰ ਕਰ ਲੀ ਆਰ ਨਾਓ ਰਿਕੁਆਇਰਡ ਟੂ ਅਟੈਂਡ ਦਾ ਡਾਕੂਮੈਂਟ ਵੈਰੀਫਿਕੇਸ਼ਨ ਹੁਣ ਜਿਹੜੇ ਵੀ ਸ਼ਾਰਟ ਲਿਸਟ ਹੋਏ ਨੇ ਕੈਂਡੀਡੇਟ ਉਹਨਾਂ ਨੂੰ ਇੱਕ ਨੈਕਸਟ ਸਟੈਪ ਤੇ ਜਾਣਾ ਹੈ ਜਿੱਥੇ ਡਾਕੂਮੈਂਟ ਵੈਰੀਫਿਕੇਸ਼ਨ ਉਹਨਾਂ ਨੂੰ ਕਰਵਾਉਣਾ ਹੋਵੇਗਾ ਹੁਣ ਇਹ ਡਾਕੂਮੈਂਟ ਵੈਰੀਫਿਕੇਸ਼ਨ ਹੋਵੇਗੀ ਕਿੱਥੇ ਇਸ ਦਾ ਐਡਰੈਸ ਇਥੇ ਇਹਨਾਂ ਨੇ ਮੈਂਸ਼ਨ ਕੀਤਾ ਹੈ ਆਡੀਟੋਰੀਅਮ ਜੀਜੀਐਸ ਮੈਡੀਕਲ ਕਾਲਜ ਫਰੀਦਕੋਟ ਵਿੱਚ ਹੈ ਜੀਜੀਐਸ ਮੈਡੀਕਲ ਕਾਲਜ ਉੱਥੇ ਜਾਣਾ ਹੈ ਹੁਣ ਕਿੰਨੇ ਨੇ ਜਾਣਾ ਜਿਹੜੇ ਸ਼ਾਰਟ ਲਿਸਟਡ ਹੋਏ ਨੇ ਹੁਣ ਸ਼ਾਰਟ ਲਿਸਟਡ ਕੈਂਡੀਡੇਟ ਕਿਵੇਂ ਚੈੱਕ ਕਰ ਸਕਦੇ ਨੇ ਕਿ ਸਾਡਾ ਨਾਮ ਲਿਸਟ ਵਿੱਚ ਹੈ merit list ਇਹਨਾਂ ਨੇ ਡਿਸਪਲੇ ਕੀਤੀ ਹੋਈ ਆ ਇਹਨਾਂ ਦੀ ਆਫੀਸ਼ਲ ਵੈਬਸਾਈਟ ਤੇ ਉਸ ਬਾਰੇ ਵੀ ਤੁਹਾਨੂੰ ਬਾਅਦ ਵਿੱਚ ਮੈਂ ਦੱਸ ਦੇਣਾ ਹਲੇ ਇਸ ਵੀਡੀਓ ਵਿੱਚ ਹੀ ਤੇ ਹੁਣ ਇਹ ਇੱਥੇ ਇਹਨਾਂ ਨੇ ਕੁਝ ਬਾਕਸ ਬਣਾਏ ਹੋਏ ਨੇ ਇਸ ਵਿੱਚ ਕਿ ਜਿਹੜੇ ਓਪਨ ਮੈਰਿਟ ਜਿੰਨਾਂ ਕੈਂਡੀਡੇਟਾਂ ਦਾ ਸ਼ਾਰਟਲਿਸਟਡ ਕੈਂਡੀਡੇਟਾਂ ਦਾ ਓਪਨ ਮੈਰਿਟ ਵਿੱਚ ਨਾਮ ਹੈ ਜਾਂ ਰੋ ਨੰਬਰ ਹੈ ਮਤਲਬ ਕਿ ਜੋ ਵੀ ਲਿਸਟ ਵਿੱਚ ਨਾਮ ਆ ਗਿਆ ਉਹਨਾਂ ਦਾ 1 ਤੋਂ 500 ਨੰਬਰ ਵਾਲੇ ਕੈਂਡੀਡੇਟ ਮੈਰਿਟ ਲਿਸਟ ਵਾਲੇ ਨੰਬਰ ਕੈਂਡੀਡੇਟ ਉਹਨਾਂ ਨੂੰ 9 ਵਜੇ ਜਾਣਾ ਤੇ ਕਿੰਨੇ ਤਰੀਕ ਨੂੰ ਜਾਣਾ 2 ਤਰੀਕ ਬਰਮਾ ਮੈਨ 2021 ਨੂੰ ਜਾਣਾ ਹੈ ਕਿੱਥੇ ਜਾਣਾ ਅ ਡਿਟੋਰੀਅਮ ਹ ਡਿਟੋਰੀਅਮ ਕਾਲਜ ਜੀਜੀਐਸ ਕਾਲਜ ਫਰੀਦਕੋਟ ਵਿੱਚ ਓਕੇ ਦੋਸਤੋ ਹੁਣ ਜਿਹੜੇ ਈਡਬਲਯੂਐਸ ਦੇ ਕੈਟੇਗਰੀ ਵਿੱਚ ਮੈਂ ਉਹਨਾਂ ਦਾ ਲਿਸਟ ਵਿੱਚ ਨਾਮ ਆ ਚੁੱਕਿਆ ਹੈ ਉਹਨਾਂ ਨੂੰ 9 ਵਜੇ ਜਾਣਾ ਹੈ 3 12 2021 ਨੂੰ ਠੀਕ ਹੈ ਐਸ ਐਸਸੀ ਕੈਟੇਗਰੀ ਨਾਲ ਸੰਬੰਧਿਤ ਜਿਹਨੇ ਜਿਹੜੇ ਐਮ ਐਂਡ ਵੀ ਨਾਲ ਉਹਨਾਂ ਨੂੰ 12 ਵਜੇ ਜਾਣਾ ਉਹਨਾਂ ਨੂੰ ਵੀ 3 ਤਰੀਕ ਨੂੰ ਆਉਣਾ ਠੀਕ ਹੈ ਦੋਸਤੋ ਤੇ ਇਹ ਮੈਰਿਟਰੀ ਲਿਸਟ ਦੇ ਨਾਮ ਨੇ ਮਤਲਬ ਕਿ ਮੈਰਿਟ ਨੰਬਰ ਨੇ ਇਮੇਥੇ 501 ਤੋਂ ਲੈ ਕੇ 1003 ਉਹ ਤੁਹਾਨੂੰ ਮੈਂ ਸਮਝਾ ਦੇਣਾ ਇਹ ਤੁਹਾਨੂੰ ਕਿਵੇਂ ਪਤਾ ਲੱਗੂ ਹੁਣ ਤੁਸੀਂ ਕਰਨਾ ਕੀ ਹੈ ਜਾਂ ਤਾਂ ਇਸੇ ਪੇਜ ਤੇ ਜਾਓਗੇ ਤਾਂ نیچے ਆਪਾਂ ਨੂੰ ਲਿੰਕ ਦਿੱਤਾ ਹੋਇਆ ਇਹਨਾਂ ਨੇ ਦੁਬਾਰਾ ਆਫੀਸ਼ੀਅਲ ਵੈਬਸਾਈਟ ਦਾ ਤਾਂ ਸਿੱਧਾ ਹੀ ਡਾਇਰੈਕਟ ਤੁਹਾਨੂੰ ਉੱਥੇ ਹੀ ਇਹ ਲਿੰਕ ਮਿਲ ਜਾਵੇਗਾ ਇਸ ਦੇ نیچے ਤੁਸੀਂ ਚੈੱਕ ਕਰ ਸਕਦੇ ਹੋ ਹੁਣ ਇੱਥੇ ਤੁਸੀਂ ਆਪਣੀ ਮੈਰਿਟ ਲਿਸਟ ਚੈੱਕ ਕਰਨੀ ਆ ਐਗਜ਼ਾਮਪਲ ਦੇ ਤੌਰ ਤੇ ਆਪਾਂ ਐਸਈਐਮਬੀ ਤੇ ਕਲਿੱਕ ਕਰ ਲੈਂਦੇ ਹੁਣ ਇੱਥੇ ਇਸ ਨੂੰ ਧਿਆਨ ਨਾਲ ਸਮਝ ਲਓ ਕਿ ਇਸ ਵਿੱਚ ਆਪਾਂ ਕਿਵੇਂ ਸਿਲੈਕਟ ਕਰਨਾ ਵੀ ਕਿਵੇਂ ਕਿਹੜੇ ਕੈਂਡੀਡੇਟ ਹਨ ਕਿਹੜੇ ਡੇਟ ਨੂੰ ਜਾਣਾ ਤਾਂ ਇੱਥੇ ਓਪਨ ਮੈਰਿਟ ਹੈ ਇੱਥੇ ਵੀ ਚੈੱਕ ਕਰ ਸਕਦੇ ਹੋ ਤੇ ਕੈਟਾਗਰੀ ਮੈਰਿਟ ਹੈ ਜਿਵੇਂ ਹੁਣ ਇੱਕ ਤੋਂ 501 ਤੋਂ ਲੈ ਕੇ ਕੁਝ 1000 ਤੱਕ ਰੋਲ ਨੰਬਰ ਜੇ ਦਿੱਤੇ ਹੋਏ ਸੀ ਨਾ ਉਹ ਇਹਨਾਂ ਕੈਂਡੀਡੇਟਾਂ ਨੇ ਉਸ ਤਰੀਕੇ ਨੇ ਜਾਣਾ ਮਤਲਬ ਜੇ ਪੂਰੇ ਇੱਥੇ 100 500 ਤੱਕ ਹੋਣਗੇ ਆਈ ਥਿੰਕ 500 ਤੱਕ ਜਿੰਨੇ ਵੀ ਕੈਂਡੀਡੇਟ ਨੇ ਇਹਨਾਂ ਕੈਂਡੀਡੇਟਾਂ ਨੇ ਇਸ ਦੇ ਅਕੋਰਡਿੰਗ ਜਾਣਾ ਹੈ ਓਕੇ ਦੋਸਤੋ ਇਹ ਡੇਟ ਤੁਸੀਂ ਯਾਦ ਰੱਖਿਓ ਪਹਿਲਾਂ ਨਾ ਪਹੁੰਚ ਜਾਓ ਡੇਟ ਤੋਂ ਡੇਟ ਤੋਂ ਬਾਅਦ ਨਾ ਪਹੁੰਚ ਜਾਓ ਟਾਈਮ ਤੋਂ ਪਹਿਲਾਂ ਨਾ ਪਹੁੰਚ ਜਾਓ ਐਂਡ ਟਾਈਮ ਤੋਂ ਬਾਅਦ ਨਾ ਪਹੁੰਚ ਜਾਓ ਇਹ ਥੋੜਾ ਥੋੜੀ ਕਨਫਿਊਜ਼ਨ ਤੁਸੀਂ ਮਾਈਂਡ ਵਿੱਚੋਂ ਕੱਢ ਲਿਓ ਤਾਂ ਜੋ ਤੁਹਾਡਾ ਇਹ ਸਿਲੈਕਸ਼ਨ ਚੰਗੀ ਤਰ੍ਹਾਂ ਨਿਪਟ ਜਾਵੇ ਓਕੇ ਦੋਸਤੋ ਹੁਣ ਇੱਕ ਸਵਾਲ ਹੋ ਰਿਹਾ ਆਨ ਦਾ ਕਾਫੀ ਬੱਚਿਆਂ ਦੇ ਮਨ ਵਿੱਚ ਇਹ ਕੀ ਕਿ ਕਿਹੜੇ ਕਿਹੜੇ ਡਾਕੂਮੈਂਟ ਆਪਾਂ ਨਾਲ ਲੈ ਕੇ ਜਾਣੇ ਨੇ ਇੱਥੇ ਇਹਨਾਂ ਨੇ ਸਾਫ਼-ਸਾਫ਼ ਮੈਂਸ਼ਨ ਕੀਤਾ ਹੋਇਆ ਚੈੱਕ ਕਰ ਸਕਦੇ ਹੋ ਤੁਸੀਂ ਵੀ origignal ਡਾਕੂਮੈਂਟ ਲੈ ਕੇ ਜਾਣੇ ਨੇ ਸਾਰੇ ਮਤਲਬ ਜਿਹੜੇ ਵੀ ਡਾਕੂਮੈਂਟ ਲੈ ਜਾਓਗੇ origignal ਹੋਣੀ ਚਾਹੀਦੀ ਨੇ ਫੋਟੋਕਾਪੀ ਵੀ ਨਾਲ ਹੋਣੀ ਚਾਹੀਦੀ ਹੈ ਤੇ origignal ਵੀ ਨਾਲ ਹੋਣੀ ਚਾਹੀਦੀ ਕਿਹੜੇ ਕਿਹੜੇ ਡਾਕੂਮੈਂਟ ਹੋਣੇ ਚਾਹੀਦੇ ਐਡਮਿਟ ਕਾਰਡ ਜਾਂ ਰੋ ਨੰਬਰ ਦੀ ਸਲਿੱਪ ਆਪਣੇ ਕੋਲ ਹੋਣੀ ਚਾਹੀਦੀ ਹੈ ਫੋਟੋਗ੍ਰਾਫ ਹੋਣੀ ਚਾਹੀਦੀ ਹੈ ਐਕਸਪੀਰੀਅੰਸ ਦਾ ਡੇਟਾ ਵੀ ਪ੍ਰੂਫ ਤੁਹਾਡੇ ਕੋਲ ਹੈ ਐਕਸਪੀਰੀਅੰਸ ਕੰਮ ਦਾ ਉਹ ਲੈ ਕੇ ਜਾਣਾ ਹੈ ਏਜ ਪ੍ਰੂਫ ਲੈ ਕੇ ਜਾਣਾ ਹੈ ਪਰੂਫ ਆਫ ਪਾਸਿੰਗ ਪੰਜਾਬੀ ਮਿਡਲ ਸਟੈਂਡਰਡ 8ਵੀਂ ਕਲਾਸ ਵਿੱਚੋਂ ਤੁਸੀਂ ਪੰਜਾਬੀ ਪਾਸ ਹੋ ਹੈ ਨਾ ਮਤਲਬ 8ਵੀਂ ਕਲਾਸ ਦਾ ਸਰਟੀਫਿਕੇਟ ਲੈ ਜਾਈਓ ਤੇ ਉਸ ਵਿੱਚ ਪੰਜਾਬੀ ਪਾਸ ਹੋ ਇਹ ਸ਼ੋਰ ਹੋਣਾ ਚਾਹੀਦਾ ਇਸ ਤੋਂ ਬਾਅਦ ਸਰਟੀਫਿਕੇਟ ਜਿਹੜੇ ਵੀ ਆਪਾਂ ਆਪਾਂ ਕੁਆਲੀਫਿਕੇਸ਼ਨ ਆਫ ਦਾ ਸਰਟੀਫਿਕੇਟ ਲੈ ਕੇ ਜਾਣੇ ਨੇ ਤੇ ਰਿਜ਼ਰਵ ਕੈਟਾਗਰੀ ਦਾ ਸਰਟੀਫਿਕੇਟ ਵਿਦ ਫੋਟੋਕੋਪੀ ਮਤਲਬ ਇਹ ਸਾਰੇ ਡਾਕੂਮੈਂਟ ਜਿਹੜੇ ਇੱਥੇ ਲਿਖੇ ਹੋਏ ਨੇ origignal ਵੀ ਲੈ ਕੇ ਜਾਣੇ ਨੇ ਤੇ ਫੋਟੋਕਾਪੀਆਂ ਵੀ ਉਸੇ ਨਾਲ ਲੈ ਕੇ ਜਾਣੇ ਨੇ ਇਸ ਤੋਂ ਲਾਬ ਐਨਐਨਏ ਕਾਉਂਸਲਿੰਗ ਫੀਸ ਬਾਰੇ ਮੈਂਸ਼ਨ ਕੀਤਾ ਹੋਇਆ ਜਿਸ ਵਿੱਚ ਜਨਰਲ ਕੈਟਾਗਰੀ ਦੇ ਕੈਂਡੀਡੇਟਾਂ ਜਿਹੜੇ ਉਹਨਾਂ ਨੂੰ 500 ਰੁਪਏ ਦੀ ਕਾਉਂਸਲਿੰਗ ਫੀਸ ਉੱਥੇ ਕੱਟ ਕਰवानी ਪਵੇਗੀ ਤੇ ਐਸਸੀ ਕੈਟਾਗਰੀ ਨੂੰ 250 ਰੁਪਏ ਦੀ ਕਾਉਂਸਲਿੰਗ ਫੀਸ ਕੱਟ ਕਰवानी ਪਵੇਗੀ। ਕੋ ਦੋਸਤੋ ਜੇ ਇਸ ਰਿਗਾਰਡਿੰਗ ਕੋਈ ਹੋਰ ਇਨਫੋਰਮੇਸ਼ਨ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਵਟਸਐਪ ਗਰੁੱਪ ਜੁਆਇਨ ਕਰ ਲਓ ਜਿਸ ਦਾ ਲਿੰਕ ਤੁਹਾਨੂੰ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਮਿਲ ਜਾਵੇਗਾ। ਐਂਡ ਜੇ ਇਹ ਵੀਡੀਓ ਬੈਨੀਫੀਸ਼ੀਅਲ ਲੱਗਦੀ ਹੈ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀ